सत श्री अकाल जी, इजी कुकिंग मास्टर एंड पंजाबी कल्चर विच तुहाडा स्वागत है। अज आप सब दे फेवरेट, सारी दुनिया के फेवरेट बूंदी लड्डू बनावांगे, जिहड़े तकरीबन सारे खुशी के माहौल च भी डब्बा लैके जाना हुंदा, अगला कहिंदा है लड्डूआं दा लैके जाओ। जे अपने विआह हुंदे ने तां वी लड्डू पकाए जांदे ने, जे कोई सुख सुखी हुंदी है तां वी बूंदी दे लड्डू। चलो जी, अज आप इह वीडियो शेयर करदे आं, जिहड़े बनाउणे बिलकुल आसान ने। तुसीं ਤੁਹਾਨੂੰ ਕਿਤੇ ਲੱਡੂ ਨਾ ਮਿਲਣ ਤਾਂ ਘਰੇ ਫਟਾਫਟ ਤਿਆਰ ਹੋ ਜਾਂਦੇ ਨੇ, ਉਹ ਫਟਾਫਟ ਤਿਆਰ ਕਰਕੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਤੇ ਹੁਣ ਆਪਾਂ ਨੇ ਕੀ ਕਰਨਾ ਹੈ, ਕਹਿੰਦੇ ਇੱਕ ਕਹਾਵਤ ਹੈ, ਕਹਿੰਦੇ ਪੇਕੇ ਹੁੰਦੇ ਮਾਵਾਂ ਨਾਲ, ਵੀ ਪੇਕੇ ਨੇ ਜਿਹੜੇ ਮਾਵਾਂ ਨਾਲ ਹੁੰਦੇ ਨੇ। ਜੇ ਸੱਸ ਮਾਂ ਬਣ ਜੇ ਤਾਂ ਪੇਕੇ ਕਾਸ ਨੂੰ ਜਾਈਏ। ਪਹਿਲੀ ਗੱਲ ਤਾਂ ਪੇਕੇ ਮਾਵਾਂ ਨਾਲ ਨਹੀਂ ਹੁੰਦੇ ਜੀ, ਭਾਈ ਭਰਜਾਈ ਨਾਲ ਵੀ ਹੁੰਦੇ ਨੇ। ਮਾਂ ਨੇ ਸਦਾ ਨਹੀਂ ਰਹਿਣਾ ਹੁੰਦਾ, ਉਹ ਚਲੀ ਜਾਂਦੀ ਹੈ ਇਸ ਦੁਨੀਆ ਤੋਂ, ਸਭ ਨਹੀਂ ਜਾਣਿਆ। ਖੈਰ ਆਪਾਂ ਨੇ ਵੀ ਵੈਸੇ ਗੱਲ ਕਰਨੀ ਹੈ ਇਹ, ਵੀ ਜਦੋਂ ਮਾਂ ਚਲੀ ਜਾਂਦੀ ਹੈ ਤਾਂ ਮਾਂ ਦੀ ਜਗ੍ਹਾ ਭਰਜਾਈ ਲੈ ਜਾਂਦੀ ਹੈ, ਤਾਂ ਪਹਿਲਾਂ ਹੀ ਆਪਾਂ ਉਹਨਾਂ ਨੂੰ ਪਿਆਰ ਨਾਲ, ਪਹਿਲੇ ਪਿਆਰ ਨਾਲ ਭਾਈ ਭਰਜਾਈ ਨਾਲ ਵੀ ਰਹਿਣਾ ਚਾਹੀਦਾ। ਇਸ ਲਈ ਤੇ ਫਿਰ ਕਹਿੰਦੇ ਨੇ ਵੀ ਜੇ ਸੱਸ ਮਾਂ ਬਣ ਜੇ ਤਾਂ ਪੇਕੇ ਕਾਸ ਨੂੰ ਜਾਈਏ, ਵੀ ਸੱਸੇ ਮਾਂ ਬਣ ਜੇ ਤਾਂ ਆਪਾਂ ਨੂੰ ਪੇਕੇ ਜਾਣ ਦੀ ਕੀ ਲੋੜ ਹੈ। ਇਹ ਆਪਾਂ ਹੁਣ ਤੁਹਾਨੂੰ ਬਾਅਦ ਚ ਦੱਸਾਂਗੇ, ਪਹਿਲਾਂ ਆਪਾਂ ਲੱਡੂ ਬਣਾਉਂਦੇ ਹਾਂ। ਆਲੋ ਜੀ, ਬੂੰਦੀ ਦੇ ਲੱਡੂ ਬਣਾਉਣ ਲਈ ਆਪਾਂ ਨੇ ਬੇਸਣ ਦੀ ਜ਼ਰੂਰਤ ਹੈ। ਆਪਾਂ ਨੇ ਇੱਕ ਕੌਲੀ ਬੇਸਣ ਦੀ ਲਈ ਹੈ, ਅਤੇ ਜੇ ਇੱਕ ਕੌਲੀ ਬੇਸਣ ਦੀ ਲਈ ਹੈ ਤਾਂ ਛੋਟੀ ਕੌਲੀ ਆਪਾਂ ਨੇ ਮਿੱਠੇ ਦੀ ਲੈਣੀ ਹੈ। ਤੁਸੀਂ ਇਸ ਤੋਂ ਥੋੜ੍ਹਾ ਜਿਹਾ ਘੱਟ ਵੀ ਕਰ ਸਕਦੇ ਹੋ। ਅਤੇ ਹੁਣ ਆਪਾਂ ਨੇ ਇਹਦੇ ਵਿੱਚ ਇੱਕ ਚਮਚਾ ਘੀ ਦਾ ਪਾਉਣਾ। ਆਪਾਂ ਅੱਜ ਸਾਰਾ ਕੁਛ ਦੇਸੀ ਘੀ 'ਚ ਬਣਾਵਾਂਗੇ, ਤੁਸੀਂ ਰਿਫਾਇੰਡ ਆਇਲ ਵੀ ਵਰਤ ਸਕਦੇ ਹੋ, ਬਸ ਚਮਚਾ ਘੀ ਪਾਉਣਾ, ਜ਼ਿਆਦਾ ਨਹੀਂ। ਇੱਕ ਕੌਲੀ 'ਚ ਇੱਕ ਚਮਚਾ ਘੀ, ਅਤੇ ਮਿੱਠਾ ਜਿਹੜਾ ਉਹ ਟੇਸਟ ਅਕੋਰਡਿੰਗ ਪਾਉਣਾ। ਥੋੜ੍ਹਾ ਜਿਹਾ ਇਹ ਲੱਡੂ ਵਾਲਾ ਕਲਰ ਪਾਵਾਂਗੇ ਆਪਾਂ। ਆ ਦੇਖੋ, ਆਪਾਂ ਨੇ ਇੰਨਾ ਸਾਰਾ ਆਪਾਂ ਨੇ ਕਲਰ ਵੀ ਲਿਆ ਇਹਦੇ ਵਿੱਚ। ਹੁਣ ਆਪਾਂ ਨੇ ਤਿੰਨ ਚੀਜ਼ਾਂ ਪਾਤੀਆਂ, ਬੇਸਣ, ਘੀ ਅਤੇ ਕਲਰ। ਇਹਨੂੰ ਆਪਾਂ ਇਹ ਚਮਚੇ ਨਾਲ ਹੀ ਹਿਲਾ ਦਾਂਗੇ, ਕਿਉਂਕਿ ਕਲਰ ਹੱਥਾਂ ਨੂੰ ਲੱਗ ਜਾਂਦਾ। ਆਪਾਂ ਨੇ ਫੂਡ ਕਲਰ ਪਾਇਆ, ਅਤੇ ਹੁਣ ਆਪਾਂ ਨੇ ਕੀ ਕਰਨਾ, ਆ ਦੇਖੋ ਆਪਣਾ ਘੀ ਕਲਰ ਬੇਸਣ ਚ ਮੈਸ਼ ਹੋ ਗਿਆ। ਹੁਣ ਆਪਾਂ ਪਾਣੀ ਪਾ ਕੇ ਹੱਥ ਨਾਲ ਹਿਲਾਵਾਂਗੇ ਜਾਂ ਕਿਸੇ ਵੱਡੇ ਚਮਚੇ ਨਾਲ, ਕਿਉਂਕਿ ਫਿਰ ਉਹ ਗੱਠ ਜਿਹੀ ਨਹੀਂ ਪੈਣ ਦੇਣਗੇ ਆਪਾਂ ਨੇ। ਪਹਿਲਾਂ ਆਪਾਂ ਥੋੜਾ ਪਾਣੀ ਪਾਵਾਂਗੇ, ਇਹਨੂੰ ਆਪਾਂ ਹਿਲਾ ਦਾਂਗੇ। ਦੇਖੋ ਹਲ ਤਾਂ ਆਪਾਂ ਨੇ ਬੇਸਣ ਇਕੱਠਾ ਕਰਿਆ, ਹੁਣ ਆਪਾਂ ਇਹ 'ਚ ਫਿਰ ਪਾਣੀ ਪਾਉਂਦੇ ਹਾਂ। ਮਤਲਬ ਜਿਹੜਾ ਵੀ ਇਹਦਾ ਡੋਹ ਤਿਆਰ ਕਰਨਾ, ਨਾ ਇਹ ਵਾਲਾ ਟਾਈਟ ਹੋਣਾ ਚਾਹੀਦਾ ਨਾ ਪਤਲਾ, ਫਿਰ ਆਪਾਂ ਤਿਆਰ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਦਾ ਹੋਣਾ ਚਾਹੀਦਾ। ਡੋਹ ਤਿਆਰ ਕਰਨ ਲਈ ਆਪਾਂ ਨੇ 4-5 ਮਿੰਟ, ਜਾਂ ਤੁਸੀਂ ਕੋਈ ਵੱਡੀ ਕੜਛੀ, ਆਪਾਂ ਪੂਰੇ ਹੈਂਡ ਵਾਸ਼ ਕਰਕੇ ਇਹਨੂੰ ਹੱਥ ਧੋ ਕੇ ਸਮਾਰ ਕੇ ਆਪਾਂ ਨੇ ਐਵੇਂ ਇਹਦਾ ਘੋਲ ਤਿਆਰ ਕਰਨਾ। ਹੈਲੋ ਜੀ, ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਆਪਾਂ ਨੇ ਐਵੇਂ ਦਾ ਘੋਲ ਤਿਆਰ ਕਰ ਲੈਣਾ, ਜਿਹੜਾ ਹੈ ਐਵੇਂ ਟਿਪ ਟਿਪ ਕਰੇ, ਜਿਵੇਂ ਆਪਾਂ ਹੱਥ 'ਤੇ ਪਾਈਏ ਅਤੇ ਫਿਸਲੇ ਐਵੇਂ ਦਾ, ਜਿਵੇਂ ਦਾ ਜਲੇਬੀਆਂ ਦਾ ਹੁੰਦਾ। ਦੇਖੋ ਜੀ, ਆਪਾਂ ਨੇ ਕੜਾਹੀ ਗੈਸ ਤੇ ਰੱਖ ਲਈ ਹੈ, ਤੇ ਹੁਣ ਆਪਾਂ ਇਹਦੇ ਵਿੱਚ ਘੀ ਪਾਵਾਂਗੇ। ਆਪਾਂ ਨੇ ਕੀ ਕਰਨਾ, ਦੇਸੀ ਘੀ ਚ ਬਣਾ ਰਹੇ ਹਾਂ ਆਪਾਂ। ਦੇਸੀ ਘੀ ਦੇ ਲੱਡੂ, ਜਲੇਬੀ, ਕੋਈ ਵੀ ਚੀਜ਼ ਹੈ, ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ। ਜੇ ਤੁਹਾਡੇ ਕੋਲ ਦੇਸੀ ਘਿਓ ਘਰ ਦਾ ਹੁੰਦਾ ਤਾਂ ਤੁਸੀਂ ਵੀ ਦੇਸੀ ਘਿਓ ਚ ਟਰਾਈ ਕਰਿਆ ਕਰੋ, ਫਿਰ ਜ਼ਿਆਦਾ ਵਧੀਆ ਲੱਗਦਾ ਖਾਣ ਨੂੰ। ਹੁਣ ਆਪਾਂ ਗੈਸ ਤੇਜ਼ ਕਰ ਲਿਆ, ਆਪਣਾ ਹਜੇ ਘੀ ਗਰਮ ਹੋ ਰਿਹਾ। ਇੰਨੇ ਆਪਾਂ ਇੱਕ ਹੋਰ ਐਵੇਂ ਦੀ ਛਾਲਣੀ ਕੁਛ ਲੈ ਕੇ ਆਉਂਦੇ ਹਾਂ ਬੂੰਦੀ ਬਣਾਉਣ ਵਾਸਤੇ। ਹੁਣ ਆਪਾਂ ਨੇ ਐਡ ਤੇ ਇਹਦੇ 'ਚ ਇਹ ਛੋਟੇ ਚਮਚੇ ਦਾ ਚੌਥਾ ਹਿੱਸਾ ਇਹ ਬੇਕਿੰਗ ਪਾਊਡਰ ਪਾਉਣਾ, ਅਤੇ ਬਾਕੀ ਆਪਾਂ ਨੇ ਇਹਨੂੰ ਚਮਚ ਨਾਲ ਹੀ ਹਿਲਾ ਦੇਣਾ।
देखो आपां ने एक टिप सिट के देखी सी अपना तेल सॉरी घ्यो गर्म है ते आपां ने उहदे विच पा देना है। आपां ने की करना है एवें दी झारनी लैणी है कोई थोड़े कोल जिवें दी मर्जी होवे साडे कोल तां इह हैगी है। आपां ने हुण एक वड्डा चमच लै लिया देखो आपां ने इहनू कढ लैणा है। अपनी एन बूंदी वधिया बन के तैयार होगी जिवें दी होनी चाहीदी है। देखो जी मैं अपने पा के कढ ली इस तरह आप फिर होर पा देंगे ते कढ लांगे। आ देखो अपनी सारी बूंदी बन के तैयार है बस लास्ट वाला पीस रह गया मैं कढ रही हाँ। अपने गैस बंद करता ये मैं कढ रही हाँ तुहानू दस्सिया वो अपनी हुण आपां बूंदी तैयार हो गई हुण आपां चाशनी बनाउण लगे हाँ जिहदे वास्ते तुहानू दस्सिया भी आपां ने इह पाणी पावांगे। आपां ने जिन्ना पाणी पाउणा उन्ना ही मिठा पाउणा। देखो तो हम अपने की करना इन्ना क फूड कलर पाना ये थोड़ा जा हम अपने की करना यू ना अपने चाशनी जी बना रहे हैं पानी के अपनी चीनी खुर जूगी बस फिर उदू बाद अपने सिर्फ 2 मिनट इन पकाना है मतलब अपनी चीनी चिप चिप जे कारण लग जू अपने कोई तार नहीं बनानी हैगी मिठे में खोल के 2 मिनट पकाना है। अपने जिन्ना पानी पाना उन्नी चीनी पानी है। आ देखो इधर अपने दोनों तरह की इलायची कुटी सी वड्डी इलायची भी छोटी इलायची भी हलो जी आप भी चाशनी च पाउण लगे तो हूँ आप थोड़ी जी ना ज़्यादा नहीं थोड़ी जी पीसी हुई काली मिर्च पावे देखो इन्नी क हूँ अपनी चाशनी देखो बबल्स आ गए बननी शुरू हो गई। देखो चीनी उबलन तो बाद अपनी चाशनी बस 2 मिनट रिझगी आप मिनट क होर इन पकावे चिप चिप जे कारण लग जाए। देखो हूँ अपनी जी बूंदी सी आप चाशनी च पा देंगे हजे गैस चलता ही रखना है। तो आपने की करना मैं एक कपड़े ना फड़ के इनू कड़ाही ये फेर दूंगी है देखो हूँ अपने गैस में बंद कर देना है तो हूँ आप ठंडी होकर लड्डू बट लाँगे। आ देखो अपने उपर पखा चलाता नाले आप जी ये बूंदी चाशनी च पाई ठंडी हो रही है नाले ये देखो रस भर रहा है। तुम दस दें आप जी मैं कहनी सी भी जे सस मां बन जाए तो आप पेके कस में जाइए भी जे सहुरिया के घर सस मां बन जाए आप पेके जाने की जरूरत नहीं पर मैं इस गल नहीं मानती मैं तो अपने माँ को सस माँ को उन्ना ही प्यार करती हूँ बराबर का जो बीबी उन्होंने मन करता मैं मिलने च मारू आ जाते हैं तो जो मैं अपने पेके आनी हूँ मैं टेंशन होंगी कि मम्मी कल ना रह जाए मैं मम्मी भी ना लिया हाँ
करके जरूरी आपां नूं इह समझना जरूरी नहीं हैगा। बस मेरी सोच इस गल तों अलग है कि जे सस मान जे तां आपां नूं पेके नहीं जाना चाहिए, फिर आपां नूं धीआं बन जाना चाहिए, नूं नूं भी नहीं रहना चाहिए, उहनूं धी बन के रहना चाहिए। जिवें उत्थे आपां मावां धीआं, जिवें पेक्यां दे परिवार च आपां मावां धीआं हुंदीआं, तां सहुरिआं दे परिवार च वी जे मावां धीआं हुंदीआं तां जिहड़े रिश्ते ने प्यार दे ने, कोई सस नूं दा जां मां धी दा रिश्ता नहीं हुंदा। वी जिवें आपां कहिंदे वी जे सस मां बन जे तां ना जाइए, तां करके मैं आपणी सस मम्मी नूं वी बीबी नूं वी इकट्ठिआं नूं लिआंदा होइआ। हुण देखो जिहड़ा कुछ मैं बणाउंदी आं उह आराम नाल मौज नाल थोड़ा थोड़ा करके दे आउंदी आं। ऐवें हुंदा वी ब्लड प्रैशर वध जे जां थोड़ी जिही चीज़ बणाउंदे आं ते अपना आराम नाल खा लैंदे आ। आ देखो हुण आपां ने लड्डू वटने शुरू करते, भी जिवें चाहे छोटे लड्डू वटने ने चाहे बड़े, एवें करके आपां ने ये कोसे कोसे दे वट लैणे ने। हथ नूं मतलब आपां नूं थोड़ा जिहा यह गर्म लगना चाहीदा। ये मैं एक हथ नाल वट रही हाँ तां करके छोटा है, दो हथ नाल भी वड्डा वट के दिखाऊंगी। जदों ना अपना यह इकट्ठा हो जाता है ऐ वट के, फिर अपना लड्डू तैयार है। आपां ने एवें लड्डू वट लैणा, आपां नूं दिखाउंदे आ वट के। आ देखो आपां ने जिवें आह लड्डू वटता, एवें मैं इधर देखो होर ओहे लै लैणा, आपां ने यह भी लड्डू वट लैणा। बाकी तुहानूं साडी वीडियो किवें लगी सानूं लाइक ते कमेंट करके जरूर दस्सिओ, साडे चैनल नूं सबसक्राइब कर लिओ। आपां फिर अगली वीडियो च फिर मिलदे हां, ठीक है जी, फिर सत श्री अकाल।